ਸਰਨਾ ਕਾਲੀ ਦਲਦੇਵ ਪ੍ਰਿੰਸਿੰਗ ਚੰਦੂ ਮਾਜਰੇ ਜੁੜੇ ਹਨ ਪ੍ਰਿੰਸਿੰਗ ਚੰਦੂ ਮਾਜਰੇ ਸਰ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜੋ ਸਰਕਾਰ ਵੱਲੋਂ ਫੈਸਲੇ ਲਏ ਜਾ ਰਹੇ ਨੇ ਸਰਕਾਰੀ ਤੇਰ ਵੱਲੋਂ ਵੀ کیا ਜਾ ਰਿਹਾ ਸੀ ਕਈ ਕਮੇਟੀਆਂ ਬਣਾਤੀਆਂ ਕਮਿਸ਼ਨ ਬਣਾਤੇ ਨੇ ਕਿ ਉਹ ਵਾਜਬ ਫੈਸਲੇ ਨਹੀਂ ਜਿੱਤੇ ਤੱਕ ਮੈਂ ਪਹਿਲਾਂ ਵੀ ਕਿਹਾ ਸੀ ਵੀ ਜਿੱਤੇ ਤੱਕ ਜਿਹਾ ਕਮੇਟੀਆਂ ਬਣਾਉਣ ਦੀ ਗੱਲ ਆ ਫੈਸਲੇ ਲੈਣ ਦੀ ਗੱਲ ਆ ਉਹਦੇ ਤਾਂ ਕੋਈ ਇਤਰਾਜ਼ ਨਹੀਂ ਠੀਕ ਆ ਸਰਕਾਰ ਨੇ ਕੀਤੇ ਨੇ ਪਰ ਇੱਕ ਹੁੰਦੀ ਹੈ ਚਾਲ ਇੱਕ ਹੁੰਦੀ ਹੈ ਢਾਲ ਜਿਹੜੀ ਢਾਲ ਆ ਨਾ ਉਹ ਕੋਈ ਛੱਕੇ ਦਿਖਾਈ ਦੇ ਰਹੀ ਆ ਉਹਦੇ ਚ ਕੋਈ ਰਿਜ਼ਲਟ ਓਰੀਐਂਟਡ ਨਹੀਂ ਮੈਨੂੰ ਲੱਗ ਰਹੀਆਂ ਗੱਲਾਂ ਜਿਹਦੇ ਜਬ ਤੁਸੀਂ ਕਹਿ ਸਕੀਏ ਵੀ ਕੋਈ ਗੱਲ ਮਲਾਇਕ ਇਸੇ ਸਿਰੇ ਲੱਗ ਜੇਗੀ ਜਿਵੇਂ ਹੁਣ ਫਰਕ ਦੇ ਆਪਾਂ ਰੇਤ ਦੀ ਉਹ ਗੱਲ ਆ ਰੇਤ ਦੀਆਂ ਕੀਮਤਾਂ ਵੱਧ ਗਈਆਂ ਰੇਤ ਦੀਆਂ ਕੀਮਤਾਂ ਕਿਵੇਂ ਘਟ ਰੀਆਂ ਕਿਵੇਂ ਕੰਟਰੋਲ ਕਰਨਗੇ ਉਹਦਾ ਕੋਈ ਰੋਡ ਮੈਪ ਨਹੀਂ ਹੈ ਠੀਕ ਆ ਵੀ ਕਿਸਾਨਾਂ ਦੇ ਕਰਜ਼ੇ ਵਾਲੀ ਗੱਲ ਨੂੰ ਕਮੇਟੀ ਬਣਾ ਕੇ ਉਹਦੀ ਘੋਕ ਕਰਕੇ ਉਹਨੂੰ ਟਾਈਮ ਲੱਗਣਾ ਸੀ ਮੈਂ ਨਹੀਂ ਕਹਿੰਦਾ ਇੱਕਦਮ ਹੀ ਮaaf ਹੋ ਜਾਂਦੇ ਔਰ ਦੂਜੀ ਗੱਲ ਹਰ ਘਰ ਨੂੰ ਨੌਕਰੀ ਦੇਣਾਈ ਗੱਲ ਆ ਮੈਂ ਨਹੀਂ ਕਹਿੰਦਾ ਵੀ ਦੂਜੇ ਦਿਨ ਨੌਕਰੀ ਦੇਣ ਪਰ ਨਾਲ ਮੈਂ ਇਹ ਵੀ ਇੱਕ ਅਲਟਰਨੇਟਿਵ ਵੀ ਦਿੱਤਾ ਸੀ ਵੀ ਜੇ ਨੌਕਰੀ ਨਾ ਦਿੱਤੀ ਤਾਂ ਅਸੀਂ 2500 ਰੁਪਏ ਦੇਵਾਂਗੇ ਉਹ 2500 ਰੁਪਏ ਕਿੱਥੋਂ ਦੇਣਗੇ ਉਹਦੇ ਕੀ ਪ੍ਰਬੰਧ ਕੀਤੇ ਨੇ 1 ਮਹੀਨੇ ਦੇ ਵਿੱਚ ਮਤਲਬ ਲੋਕ ਤਾਂ ਸੋਚਦੇ ਨੇ ਨਾ ਨੌਜਵਾਨ ਤਾਂ ਸੋਚਦੇ ਨੇ ਵੀ ਜੇ 2500 ਮਤਲਬ ਨੌਕਰੀ ਨਹੀਂ ਦੇ ਸਕੇ ਤਾਂ ਘੱਟੋ ਘੱਟ ਮਤਲਬ 2500 ਰੁਪਏ ਦਾ ਜਿਹੜਾ ਪ੍ਰਬੰਧ ਕਿਹਾ ਸੀ ਉਹ ਜੇ ਦੇਣਾ ਤਾਂ ਇੱਕ ਪਾਸੇ ਵੀ ਉਹਦਾ ਪ੍ਰਬੰਧ ਕੀ ਕੀਤਾ ਮਤਲਬ ਕੁਝ ਗੱਲਾਂ ਮੈਂ ਤਾਂ ਹੀ ਕਿਹਾ ਵੀ ਚਾਲ ਜੇ ਠੀਕ ਵੀ ਹੋ ਗਈ ਤਾਂ ਢਾਲ ਤੇ ਛੱਕ ਹੋ ਰਿਆ ਜੀ ਤੇ ਇਸ ਕਰਕੇ ਸਰਕਾਰ ਨੂੰ ਇਹ ਗੱਲਾਂ ਕਲੀਅਰ ਕਰਨੀਆਂ ਪੈਣੀਆਂ ਹੁਣ ਜਿਵੇਂ ਲੈਂਡ ਆਰਡਰ ਦੀ ਗੱਲ ਆ ਲੈਂਡ ਆਰਡਰ ਦੀ ਗੱਲ ਇਹਦੇ ਜੇ ਕੋਈ ਛੱਕ ਹੀ ਨਹੀਂ ਰਿਹਾ ਹੁਣ ਤਾਂ ਐਮਐਓ ਇਹਨਾਂ ਦੇ ਵਜ਼ੀਰ ਜਿਹੜੇ ਵੀਡੀਓ ਵਾਇਰਲ ਹੋ ਰਹੀਆਂ ਨੇ ਵੀ ਕੋਈ ਧਮਕੀਆਂ ਦੇ ਰਿਹਾ ਡੀਐਸਪੀ ਨੂੰ ਕੋਈ ਧਮਕੀਆਂ ਦੇ ਰਿਹਾ ਪ੍ਰਿੰਸੀਪਲ ਨੂੰ ਅਭੀ ਲਾਇੰਡ ਆਰਡਰ ਦੇ ਵਿੱਚੋਂ ਪੰਚਾਇਤਾਂ ਤੋਂ ਪੈਸੇ ਵਾਸਤੋਲਾ ਲੈ ਤੇ ਸਰਪੰਚਾਂ ਦੇ ਕੇਸ ਦਰਜ ਕਰਨੇ ਸ਼ੁਰੂ ਕਰਤੇ ਮਤਲਬ ਇਸ ਕਿਸਮ ਦੀ ਇਨਾਰਕੀ ਬਣਾਤੇ ਕਿਸੇ ਹਫੜਾ ਦਫੜੀ ਵਾਲੇ ਹਾਲਾਤ ਬਣਾਤੇ ਮਤਲਬ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਨੇ ਉਹ ਕਿਸੇ ਸਰਕਾਰ ਨੂੰ ਸ਼ੋਭਾ ਨਹੀਂ ਦਿੰਦੀਆਂ ਨਾ ਹੀ ਮੈਂ ਸਮਝਦਾ ਜਿਹੜੇ ਟਾਰਗੇਟ ਫਿਕਸ ਕੀਤੇ ਨੇ ਨਾ ਉਹ ਟਾਰਗੇਟ ਪੂਰੇ ਕਰਨ ਗਿਆ ਕੈਪਟਨ ਮਨਿੰਦਰ ਸਿੰਘ ਦਾ ਹੁਣੀ ਆ ਜਿਹੜਾ ਬਿਆਨ ਆ ਹਰਜੀਤ ਸਿੰਘ ਸਾਜਣ ਬਾਰੇ ਇਹਨੇ ਵੀ ਬੜਾ ਬੜਾ ਹਾਲਾਤ ਖਰਾਬ ਕਰਤੇ ਇੱਕ ਕੈਨੇਡਾ ਵਰਗਾ ਮੁਲਕ ਜਿਹਨੇ 3 MP ਪੰਜਾਬ ਦੇ ਦਿੱਤੇ ਹੋਣ ਜਿਹਨੇ 4 ਵਜ਼ੀਰ ਪੰਜਾਬ ਦੇ ਦਿੱਤੇ ਹੋਣ ਉਸ ਮੁਲਕ ਨਾਲ ਸਿੱਧੀ ਟੱਕਰ ਲੈ ਲਈ ਕੈਨੇਡਾ ਦਾ ਪੰਜਾਬ ਪੰਜਾਬੀਆਂ ਨੂੰ ਐਡਾ ਵਟਾ ਹੋਰ ਜਗਾਰ ਦਿੰਦਾ ਪਾਕਿਸਤਾਨ ਕੀ ਦਿੰਦਾ ਪੰਜਾਬੀਆਂ ਨੂੰ ਠੀਕ ਹੈ ਸਰ ਮੌਦੀਆਂ ਦੇ ਲਿਜਾਂ ਤੇ ਕੋਰਪੂਸ਼ਨ ਯਾਦ ਉਹਨੂੰ ਬਿਠਾਇਆ ਹੋਇਆ ਪਾਕਿਸਤਾਨ ਦੇ ਮਿੱਤਰਾਂ ਨੂੰ ਤਾਂ ਆਪਣੀ ਕੋਠੀ ਵੀ ਥਾਂ ਦਿੱਤੀ ਜਾਂਦੀ ਹੈ ਤੇ ਇੱਥੇ ਕੈਨੇਡਾ ਨਾਲ ਟੱਕਰ ਲਈ ਜਾ ਰਹੀ ਹੈ ਠੀਕ ਹੈ ਚੰਦੂ ਮਾਜਰਾ ਸਾਹਿਬ ਇਸ ਕਿਸੇ ਉਹਦੇ ਜੀਆਂ ਗੱਲਾਂ ਨੇ ਨਾ ਉਹ ਮੈਂ ਸਮਝਦਾ ਵੀ ਜਿਹੜੀ ਟਾਲਾ ਸਰਕਾਰ ਦੀ ਠੀਕ ਹੈ ਠੀਕ ਹੈ ਤੁਸੀਂ ਗੱਲ ਕਰ ਰਹੇ ਹੋ ਕਿ ਟਾਲਾ ਨਜ਼ਰ ਆ ਰਿਹਾ ਹੈ ਮਤਲਬ ਕਿਤੇ ਨਾ ਕਿਤੇ ਜੋ ਇੰਪਲੀਮੈਂਟੇਸ਼ਨ ਹੈ ਉਸ ਨੂੰ ਲੈ ਕੇ ਤੁਸੀਂ ਸਵਾਲ ਚੁੱਕ ਰਹੇ ਹੋ ਮੈਂ ਸਮਝਦਾ ਵੀ ਠੀਕ ਹੈ ਜੋ ਵਾਅਦੇ ਕੀਤੇ ਨੇ ਇਹ ਪੂਰੇ ਕਰਨ ਤਾਂ ਸਾਨੂੰ ਤਾਂ ਖੁਸ਼ੀ ਹੋਏਗੀ ਠੀਕ ਹੈ ਸਰ ਠੀਕ ਹੈ ਸਰ ਉਹਨਾਂ ਨੂੰ ਪੂਰਾ ਕਰਨ ਦਾ ਕੋਈ ਰੋਡ ਮੈਪ ਤਾਂ ਪੇਸ਼ ਕਰ ਠੀਕ ਹੈ ਸਰ ਠੀਕ ਹੈ ਸੋ ਤੁਸੀਂ ਕਹਿ ਰਹੇ ਹੋ ਕਿ ਰੋਡ ਮੈਪ ਪੇਸ਼ ਨਹੀਂ ਹੋ ਰਿਹਾ ਮਾਨ ਸਾਹਿਬ ਇਹੀ ਸਵਾਲ ਹੈ ਕਿ ਰੋਡ ਮੈਪ ਪੇਸ਼ ਨਹੀਂ ਹੋ ਰਿਹਾ ਤੇ ਇੱਕ ਸਵਾਲ ਜੋ ਦੀਪਕ ਸ਼ਰਮਾ ਜੀ ਨੇ ਵੀ ਚੁੱਕਿਆ ਸੀਗਾ ਉਹ ਹੈ ਕਿ ਹੁਣ ਸੱਤਾ ਦਾ ਨਸ਼ਾ ਚੜਨ ਲੱਪੇ ਗੁਰਪ੍ਰੀਤ ਜੀ ਇੱਥੇ ਮੈਂ ਹੁਣ ਦੋ ਤਿੰਨ ਗੱਲਾਂ ਕਰਨੀਆਂ ਨੇ ਜਦੋਂ ਮਾਜਰਾ ਜੀ ਦਾ ਜਿਹੜਾ ਸਵਾਲ ਸੀ ਉਹਦੇ ਤੇ ਮੈਂ ਇਹ ਕਹਿਣਾ ਰੋਡ ਮੈਪ ਦੀ ਤੁਸੀਂ ਗੱਲ ਕੀਤੀ ਹੈ ਔਰ ਜਿਹੜੇ ਪ੍ਰਵਧਾਨ ਦਾ ਜਿਹੜੇ ਅਸੀਂ ਕਰਨੇ ਨੇ ਜੀ ਦੇਖੋ ਇਹ ਜਿਹੜੀਆਂ ਸਾਰੀਆਂ ਫਾਈਨੈਂਸ਼ੀਅਲ ਕਮਿਟਮੈਂਟ ਹੁੰਦੀਆਂ ਨੇ ਇਹ ਸਾਰੇ ਆਪਾਂ ਸਮਝਦੇ ਹਾਂ ਬਖੂਬੀ ਸਮਝਦੇ ਹਾਂ ਕਿ ਸਾਰੀਆਂ ਜਿਹੜੀਆਂ ਪ੍ਰੋਵੀਜ਼ਨ ਹੁੰਦੀਆਂ ਨੇ ਇਹ ਬਜਟ 'ਚ ਹੁੰਦੀਆਂ ਨੇ ਜੀ ਔਰ ਬਜਟ ਜਿਹੜਾ ਹੈ ਅਸੀਂ ਜਿਹੜਾ ਪਹਿਲਾਂ ਇਹ ਜੂਨ 'ਚ ਹੋਣਾ ਬਜਟ ਹੋਣਾ ਇਹ ਪਹਿਲਾ ਜਿਹੜਾ ਸੀਗਾ ਜਿਹੜਾ ਅਸੀਂ ਨੋਟਾਉਣਕ ਵੋਟਾਉਣ ਅਕਾਊਂਟ ਦਿੱਤਾ ਹੈਗਾ ਉਹਦੇ ਵਿੱਚ ਇਹਨਾਂ ਨੇ 2016 ਦੇ ਬਜਟ ਦੇ ਵਿੱਚ 25000 ਕਰੋੜ ਰੁਪਈਆ ਵੱਧ ਖਰਚ ਲਿਆ ਅਸੀਂ ਦੀ ਉਹ ਪੂਰਾ ਜਿਹੜਾ ਕੀਤਾ ਹੁਣ ਜਿਹੜਾ ਬਾਕੀ ਜਿਹੜੇ ਅਸੀਂ ਜਿਹੜੀਆਂ ਪ੍ਰੋਵੀਜ਼ਨ ਰੱਖਣੀਆਂ ਨੇ ਫਾਈਨੈਂਸ਼ੀਅਲ ਕਮਿਟਮੈਂਟ ਦੀਆਂ ਉਹ ਸਾਰਿਆਂ ਨੂੰ ਪਤਾ ਹੈ ਕਿ ਇਹ ਬਜਟ ਚ ਰੱਖੀਆਂ ਜਾਂਦੀਆਂ ਨੇ ਔਰ ਬਜਟ ਆਏਗਾ ਜੂਨ ਦੇ ਵਿੱਚ ਤੇ ਅਸੀਂ ਹੁਣ ਜਿਹੜਾ ਬਜਟ ਆਊਗਾ ਉਹਦੀ ਸਾਰੀਆਂ ਜਿਹੜੀਆਂ ਫਿਊਜ਼ਨ ਕਰਕੇ ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਸਾਰੀਆਂ ਹੋ ਜਾਣਗੀਆਂ ਜਿਹੜੀਆਂ ਫਾਈਨੈਂਸ਼ੀਅਲ ਕਮਿਟਮੈਂਟ ਦੀਆਂ ਉਹਦੇ ਵਿੱਚ ਜਿਹੜੀਆਂ ਜਿਹੜੀ ਕਮਿਟਮੈਂਟ ਹੈਗੀ ਆ ਉਹ ਕਿਸਾਨਾਂ ਦੇ ਕਰਜ਼ੇ ਵਾਲੇ ਵੀ ਆਏਗੀ ਆ 2500 ਰੁਪਈਆ ਜਿਹੜੀ ਘਰ ਕਰ ਜਿਹੜੀ ਅਲਾਨਸ ਵਾਲੀ ਵੀ ਗੱਲ ਆਏਗੀ ਔਰ ਔਰ ਮੈਂ ਹੋਰ ਗੱਲ ਕਰਦਾ ਜਿਹੜੀ ਆ ਆਵਾਰਾ ਪਸ਼ੂਆਂ ਦੀ ਗੱਲ ਜਿਹੜੀ ਉਠਾਈ ਗਈ ਪਿਛਲੇ ਸੈਗਮੈਂਟ ਦੇ ਵਿੱਚ ਜੀ ਰਾਏ ਸਾਹਿਬ ਨੇ ਕਿਦੀ ਗਊਸ਼ਾਲਾ ਦੀ ਮੈਂ ਇਹਨਾਂ ਨੂੰ ਇਹ ਦੱਸਦਾ ਜੀ ਇਹਨਾਂ ਨੇ ਗਊਸ਼ਾਲਾ ਬਣਵਾਈਆਂ ਪਿਛਲੇ ਜਿਹੜੀਆਂ ਇਹਨਾਂ ਨੇ ਇੱਕ ਮੈਂ ਉਦਾਹਰਣ ਦੇਣਾ ਕਲਾ ਨੌਰ ਦੀ ਇੱਕ ਗਊਸ਼ਾਲਾ 80 ਲੱਖ ਰੁਪਏ ਲੱਗਾ ਉੱਥੇ ਔਰ ਤੁਸੀਂ ਮੰਨੋਗੇ 80 ਲੱਖ ਰੁਪਏ ਗਊਸ਼ਾਲਾ ਦੇ ਵਿੱਚ 15 ਲੱਖ ਰੁਪਏ ਦੀਆਂ LED ਲਾਈਟਾਂ ਲਗੀਆਂ ਨੇ ਤੁਸੀਂ ਮੰਨ ਸਕਦੇ ਹੋ ਕਿ 25 15 ਲੱਖ ਦੀਆਂ ਲਾਈਟਾਂ ਗਾਵਿਆਂ ਨੂੰ ਕੀ ਚਾਹੀਦੀਆਂ ਨੇ ਤੇ ਤੂੜੀ ਤੂੜੀ ਦੇ ਟੈਂਡਰ ਕੀਤੇ 600 ਰੁਪਏ ਕਿਨਟਲ ਨੂੰ ਬਰਸਣ ਦੇ ਟੈਂਡਰ ਹੋਏ 300 ਰੁਪਏ ਕਿਨਟਲ ਨੂੰ ਇਹ ਤੇ ਹਰ ਥਾਂ ਦੇ ਜਿੱਥੇ ਹੱਥ ਪਾਉਂਦੇ ਆ ਸਕੈਮ ਨਿਕਲਦਾ ਹੈ ਹਰ ਥਾਂ ਤੇ ਹਰ ਸਕੈਮ ਨਿਕਲਦਾ ਅਸੀਂ ਪਹਿਲਾਂ ਸਕੈਮ ਸਭੀਏ ਜਿਹੜਾ ਦਹਾਕ ਸਾਲਾਂ ਦੇ ਵਿੱਚ ਪੰਜਾਬ ਦਾ ਬੇੜਾ ਘੜ ਕੀਤਾ ਔਰ ਹੁਣ ਤਿੰਤਿਆਂ ਦਿਨਾਂ ਦੇ ਅੰਦਰ ਸਾਡੇ ਉਹ ਸਵਾਲ ਪੁੱਛਣ ਲੱਗ ਪਏ ਨੇ ਮੈਂ ਤੇ ਹੈਰਾਨ ਹਾਂ ਕਿ ਜਿਹੜੇ ਪਿਛਲੀਆਂ ਤਿੰਤਿਆਂ ਦਿਨਾਂ ਦੇ ਅੰਦਰ ਅੰਦਾ ਇੰਨੇ ਜਿਹੜੇ ਅਸੀਂ ਸਟੈਪ ਲਏ ਨੇ ਉਹਨਾਂ ਦੀ ਸ਼ਲਾਘਾ ਕਰਨ ਦੀ ਬਜਾਏ ਇਹ ਸਵਾਲ ਜਿਹੜੇ ਠਾਉਣੇ ਨੇ ਇਹ ਬਹੁਤ ਜ਼ਿਆਦਾ ਮੈਨੂੰ ਲੱਗਦਾ ਕਿ ਜਿਹੜਾ ਆਪਣਾ ਜਿਹੜਾ ਪੀੜੀ ਥੱਲੇ ਛੋਟਾ ਫੇਰਣਾ ਚਾਹੀਦਾ ਹੈ ਲੋਕਾਂ ਨੇ ਤੇ ਤੁਹਾਨੂੰ ਸੀਐਲਪੀ ਦਾ ਲੀਡਰ ਵੀ ਨਹੀਂ ਬਣ ਦਿੱਤਾ ਉਹ ਦੇਖੋ ਬਾਦਲ ਸਾਹਿਬ ਵਿਚਾਰੇ ਐਸ ਉਮਰ ਚ ਆ ਕੇ ਉਹਨਾਂ ਨੂੰ ਸੀਐਲਪੀ ਦਾ ਅਹੁਦਾ ਵੀ ਨਹੀਂ ਲੈ ਸਕੇ ਜੇ ਇੰਨਾ ਹੀ ਦਾਨੂ ਸੀਗਾ ਆਪਣੇ ਆਪ ਤੇ ਤੇ ਸੀਆਰਪੀ ਦਾ ਲੀਡਰ ਤੇ ਬਣ ਜਾਂਦੇ ਵਿਚਾਰੇ ਆ ਦੋ ਜਿਹੜਾ ਵਿਧਾਨ ਸਭਾ ਦੇ ਵਿੱਚ ਆਇਆ ਹੀ ਨਹੀਂ ਵਿਚਾਰੇ ਔਰ ਸੌ ਵੀ ਜਾਈ ਸਪੀਕਰ ਸਪੀਕਰ ਸਾਹਿਬ ਦੇ ਅੱਗੇ ਕਮਰੇ ਚੁੱਕੀ ਹੈਗੀ ਆ ਇਹ ਇਹ ਲੋਕਾਂ ਦਾ ਫਤਵਾ ਜਿਹੜਾ ਹੈ ਉਹਨੂੰ ਆਪਣੇ ਸਤ ਸਤ ਸਤਕਾਰ ਠੀਕ ਹੈ ਮਾਨ ਸਾਹਿਬ ਠੀਕ ਹੈ ਐਕਸੈਪਟ ਕਰੋ ਔਰ ਜੇ ਕਾਂਗਰਸ ਨੂੰ ਮੌਕਾ ਦਿਓ ਅਸੀਂ ਸਾਰਾ ਕੁਝ ਕਰਕੇ ਦਿਖਾਵਾਂਗੇ ਤੁਹਾਨੂੰ ਠੀਕ ਠੀਕ ਹੈ ਮਾਨ ਸਰ ਸੈਂਟਰ ਤੇ ਤੁਹਾਨੂੰ ਨਹੀਂ ਮਿਲਿਆ ਉੱਥੇ ਨਹੀਂ ਸੈਂਟਰ ਤੇ ਨਹੀਂ ਮਿਲਿਆ ਤੁਹਾਨੂੰ ਲੀਡਰ ਆਵਾ ਪੋਜੀਸ਼ਨ ਦਾ ਇਹਦਾ ਬੋਟਾ ਬਿਲਕੁਲ ਇਹੀ ਮੈਂ ਕਹਿਣਾ ਚਾਹੁੰਦਾ ਠੀਕ ਹੈ ਠੀਕ ਹੈ ਸਰ 40 ਸੀਟਾਂ ਤਾਂ ਰਹਿ ਗਏ ਠੀਕ ਹੈ ਸਰ ਠੀਕ ਹੈ ਜੰਦੂ ਮਾਜਰਾ ਜੀ ਤੁਸੀਂ ਤੁਸੀਂ ਉਹਨਾਂ ਦੀ ਤੁਸੀਂ ਉਹਨਾਂ ਦੀ ਗੱਲ ਦਾ ਜਵਾਬ ਦਿੱਤਾ ਸਰ ਮੰਡਟ ਹੈ ਸਤਕਾਰ ਸਤਕਾਰ ਨਾਲ ਬੰਗਲ ਠੀਕ ਹੈ ਠੀਕ ਹੈ ਸਰ ਠੀਕ ਹੈ ਮਾਨ ਸਰ ਤੁਸੀਂ ਆਪਣੀ ਗੱਲ ਰੱਖੀ ਸਾਡਾ ਬੂਟਾ ਸਿੰਘ ਜੀ ਨੇ ਬੂਟਾ ਸਿੰਘ ਜੀ ਜਿਸ ਤਰ੍ਹਾਂ ਨਾਲ ਸਰਕਾਰੀ ਤਰ੍ਹਾਂ ਲੋਕਿਆ ਜਾ ਰਿਹਾ ਹੈ ਕਿ ਉਹਨਾਂ ਦੀ ਨੀਅਤ ਸਾਫ ਹੈ ਸਮਾ ਲੱਗੇਗਾ ਕਿਉਂਕਿ ਸਮੇਂ ਦੇ ਮੁਤਾਬਕ ਹੀ ਕੰਮ ਹੋਵੇਗਾ ਉਮ ਨੀਅਰ ਦੇ ਸਤ੍ਰੇ ਜੀ ਵੀ ਠੀਕ ਹੈ ਦੋ ਬੰਦੇ ਨਾ ਚ ਹੈਗੇ ਆ ਜੋ ਲੱਗਦੇ ਆ ਕਿ ਸਾਫ ਸੁਥਰੇ ਆ ਅੱਛਾ ਉਹ ਇਨਸੀਡੈਂਟਲੀ ਉਹ ਦੋਨੇ ਹੀ ਪੁਰਾਣੇ ਕਾਂਗਰਸੀ ਨਹੀਂ ਗਏ ਉਹਨਾਂ ਨਾਲ ਕਾਂਗਰਸ ਕਲਚਰ ਨਹੀਂ ਜੁੜਿਆ ਹੋਇਆ ਜੀ ਔਰ ਉਹ ਬੰਦਾਂ ਦਾ ਇਮੇਜ ਠੀਕ ਆ ਉਹਨਾਂ ਦਾ ਉਹਨਾਂ ਦੇ ਸਿਰ ਤੇ ਮੈਨੂੰ ਲੱਗਦਾ ਵੀ ਕੈਪਟਨ ਸਾਹਿਬ ਚਲਾ ਰਹੇ ਆ ਸਰਕਾਰ ਬਾਕੀ ਆਦਰਵਾਇਜ਼ ਜਿਹੜਾ ਨਾ ਮੈਂ ਕੋਈ ਹੈਜਾ ਸ਼ਬਦ ਨਹੀਂ ਕਰਨਾ ਚਾਹੁੰਦਾ ਮੂੰਹ ਚੋਂ ਬਾਕੀ ਜਿਹੜੇ ਇਹਨਾਂ ਦੇ ਸੀਨੀਅਰ ਮੰਤਰੀ ਵੀ ਹੈ ਉਹਨਾਂ ਦੇ ਤੁਸੀਂ ਐਟੀਟਿਊਡ ਦੇਖ ਲਓ ਮਤਲਬ 10 ਸਾਲਾਂ ਬਾਅਦ ਪਾਵਰ 'ਚ ਆਏ ਆ ਇਹ ਉਹ ਪੰਜਾਬੀ ਚ ਇੱਕ ਮੁਹਾਵਰਾ ਹੈ ਕੱਲ ਦੀ ਰਜੀ ਤੇ ਪਿੰਡ ਉਜਾੜਨ ਚੱਲੀ ਜੀ ਉਹ ਗੱਲ ਹੈ ਇਹਨਾਂ ਦੀ ਕਿਉਂਕਿ ਇੱਕ ਪੱਤਰਕਾਰ ਨੂੰ ਤੁਹਾਡੀ ਬਰਾਦਰੀ ਦੇ ਨੂੰ ਇਹਨਾਂ ਨੇ ਇੱਕ ਗਿੱਦੜ ਵੇ ਦੇ ਵਿੱਚ ਕੁੱਟਿਆ ਜੀ ਕੱਲ ਜੀ ਜੀ ਔਰ ਉਹਨੂੰ ਇੰਨੀ ਬਰਬਰਤਾ ਨਾਲ ਉਹਨੂੰ ਪੇਸ਼ ਆਇਆ ਵੀਡੀਓ ਆ ਰਹੀ ਹੈ ਵਾਇਰਲ ਇਹ ਸਾਰਾ ਕੁਝ ਹੋ ਰਿਹਾ ਹੈ ਉਹ ਉਥੋਂ ਦੇ ਐਮਐਲਏ ਦੇ ਸਪੋਰਟਰ ਹੈ ਉਹ ਬੰਦੇ 10 15 ਬੰਦੇ ਆ ਕੇ ਉਹਦੀ ਦੁਕਾਨ ਤੇ ਇਹ ਕਾਰਾ ਕਰਦੇ ਆ ਇੱਕ ਮਤਲਬ ਇਹ ਉਹੀ ਕੰਮ ਸ਼ੁਰੂ ਹੋ ਗਿਆ ਦੇਖੋ ਇੱਕ ਪਾਸੇ ਤੁਸੀਂ ਕਹਿੰਦੇ ਆਖੇ ਜੀ ਬੰਦ ਕਰਦੇ ਅਸੀਂ ਹਲਕਾ ਇੰਚਾਰਜ ਪਹਿਲੀ ਗੱਲ ਤਾਂ ਹਲਕਾ ਇੰਚਾਰਜ ਵੈਸੇ ਇੱਕ ਪੋਸਟ ਹੀ ਨਹੀਂ ਸੀਗੀ ਉਹਨੂੰ ਬੰਦ ਕਰਨਾ ਤੇ ਕੋਈ ਕਹਿੰਦੇ ਬਾਤ ਕਿਹੜਾ ਸਰਕੂਲਰ ਇਸ਼ੂ ਕਰਨਾ ਇਹਦੇ ਵਾਸਤੇ ਇਹ ਤਾਂ ਵੈਸੇ ਹੀ ਸੀਗੇ ਇਹਨਾਂ ਬੰਦ ਨਹੀਂ ਕਰ ਬੰਦ ਹੋ ਅਮਲ ਦੇ ਵਿੱਚ ਕਰਨਾ ਭਾਈ ਜਿਹੜੇ ਐਮਐਲਏ ਐਮਪੀ ਆ ਬੰਦੇ ਬਣ ਕੇ ਰੋ ਸੇਵਾਦਾਰ ਬਣ ਕੇ ਰੋ ਉਹ ਸਭਿਆਚਾਰ ਕੈਪਟਨ ਸਾਹਿਬ ਨੂੰ ਅਸੀਂ ਕਹਿੰਦੇ ਆ ਠੀਕ ਹੈ ਰੋਡ ਮੈਪ ਦੇ ਵਿੱਚ ਜੋ ਇਹਨਾਂ ਨੇ ਕੀਤਾ ਈ ਸੀ ਅਪਰੀਸ਼ੀਏਟ ਵੀ ਕਰਦੇ ਆ ਐਸੀ ਗੱਲ ਨਹੀਂ ਪਰ ਬੜੇ ਮਸਲੇ ਆ ਬਿਜਲੀ ਦਾ ਮਸਲਾ ਐਡਾ ਗੰਭੀਰ ਮਸਲਾ ਹੈ ਮੈਂ ਨਾ ਵੀ ਜੇ ਦਿਨ ਰਾਤ ਇਹ ਕੰਮ ਕਰਨ ਤਾਂ ਹੋਊਗਾ ਇਹ ਕੰਮ ਮਸਲਾ ਬਿਜਲੀ ਦਾ ਮਸਲਾ ਆ ਟਰੱਕ ਯੂਨੀਅਨਾਂ ਦੇ ਕਬਜ਼ੇ ਦਾ ਮਸਲਾ ਲਓ ਇਹ ਲੈਂਡ ਆਰਡਰ ਪ੍ਰੋਬਲਮ ਬੜੀ ਤਕੜੀ ਠੀਕ ਹੈ ਸਰ ਠੀਕ ਹੈ ਮੈਂ ਮੈਨਾਂ 30 ਸਾਲ ਹੋ ਗਏ ਸੇ ਦੇਖਦੇ ਨੂੰ ਜਦੋਂ ਸਰਕਾਰ ਬਦਲਦੀ ਆ ਹਰ ਥਾਂ ਤੇ ਟਰੱਕ ਯੂਨੀਅਨ ਤੇ ਕਬਜ਼ਾ ਹੁੰਦਾ ਉਥੇ ਲੜਾਈ ਹੁੰਦੀ ਆ ਆਪਸ ਇਹ ਮਸਲਾ ਕਿੰਨੀ ਕਬੱਡੀ ਗੱਲ ਐ ਪੰਜਾਬ ਦੇ ਲੀਡਰ ਚਾਹੇ ਉਹ ਕਾਲੀਆਂ ਆ ਦੇ ਠੀਕ ਹੈ ਸਰ ਠੀਕ ਹੈ ਬੁੱਟਾ ਸਿੰਘ ਜੀ ਕਿਉਂ ਨਹੀਂ ਇਸ ਮਸਲੇ ਨੂੰ ਹੱਲ ਕਰ ਠੀਕ ਹੈ ਠੀਕ ਹੈ ਤੁਸੀਂ ਕੀ ਹੋਈ ਸ਼ਾਂਤੀਪੂਰਵ ਪੂਰਵਕ ਟੈਕਓਵਰ ਹੁੰਦਾ ਇਸ ਗੱਲ ਜੀ ਸਰ ਤੁਸੀਂ ਕਾਫੀ ਵਾਜਬ ਸਵਾਲ ਚੁੱਕੇ ਨੇ ਕਿ ਟਰੱਕ ਯੂਨੀਅਨ ਦਾ ਮਸਲਾ ਹਰ ਵਾਰੀ ਉੱਠਦਾ ਇੱਕ ਗੱਲ ਕਹਿਣੀ ਐ ਇੱਕ ਗੱਲ ਇੱਕ ਗੱਲ ਤੁਹਾਡੇ ਮਾਧਿਮ ਰਾਹੀਂ ਕਹਿਣੀ ਆ ਜੀ ਜੀ ਨਹੀਂ ਇੱਕ ਗੱਲ ਮੈਂ ਤੁਹਾਡੇ ਮਾਧਿਮ ਬਾਦਰ 65 ਤੇ 71 ਦੀ ਲੜਾਈ ਚ ਜਿਨ੍ਹਾਂ ਨੂੰ ਬੈਨੀਫਿਟ ਅਨਾਉਂਸ ਕੀਤੇ ਸੀ 10 ਕਿੱਲੇ ਜ਼ਮੀਨ ਦੇ ਮੰਗੇ ਉਹ ਰੁਲਦੇ ਫਿਰਦੇ ਆ ਹੁਣ ਮੈਂ ਨਾ ਵੀ ਕੈਪਟਨ ਸਾਹਿਬ ਇਸ ਗੱਲ ਨੂੰ ਟੇਕ ਅਪ ਕਰਨ ਉਸੇ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਫੌਜੀ ਰਹੇ ਆ ਬੜੀ ਕਵਰ ਕਰਦੇ ਆ ਫੌਜੀਆਂ ਦੀ ਤਾਂ ਮੈਂ ਇਹ ਚਾਹਣਾ ਕਿ ਇਸ ਮਸਲਾ ਹੱਲ ਹੋਵੇ ਠੀਕ ਹੈ ਠੀਕ ਹੈ ਬੁੱਟਾ ਸਿੰਘ ਜੀ ਤੁਸੀਂ ਸਵਾਲ ਚੁੱਕਰੇ ਉਮੀਦ ਹੈ ਕਿ ਸਰਕਾਰ ਤੱਕ ਪਹੁੰਚਣਗੇ ਤੇ ਇਹਨਾਂ ਜੋ ਤੁਸੀਂ ਸਵਾਲ ਚੁੱਕਰੇ ਉਹਨਾਂ ਦਾ ਹੱਲ ਵੀ ਹੋਵੇ ਠੀਕ ਹੈ ਸਰ ਠੀਕ ਹੈ ਸੜਨਾ ਰਾਏ ਸਾਹਿਬ ਜੁੜੇ ਨੇ ਜੀ ਰਹਿ ਐਸਾ ਤੁਸੀਂ ਕੁਝ ਕਹਿਣਾ ਚਾਹ ਰਹੇ ਸੀ ਹਾਂ ਮੈਂ وہی ਗੱਲ ਕਰਨੀ ਸੀ ਜਿਹੜੀ ਕਿ ਇਹਨਾਂ ਨੇ ਕਿਹਾ ਸੀ ਕਿ ਵਿਰੋਧੀ ਧਿਰ ਦਾ ਨੇਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਰੇ ਇਹ ਆਪ ਦਾ ਵੀ ਸਵਤਨ ਕੇਵਲ 44 ਸੀਟਾਂ ਰਹੀਆਂ ਹਨ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਇਹ ਦੀ ਹੈਸੀਅਤ ਇਹਨਾਂ ਨੂੰ ਵੀ ਨਹੀਂ ਮਿਲੀ ਔਰ ਦੂਸਰੀ ਗੱਲ ਲਾਅ ਐਂਡ ਆਰਡਰ ਦੇ ਬਾਰੇ ਜਗਾ ਜਗਾ ਤੋਂ ਖਬਰਾਂ ਆ ਰਹੀਆਂ ਨੇ ਜੀ ਇਹ ਆਪਣੇ ਟਰੱਕ ਯੂਨੀਅਨ ਦੇ ਪ੍ਰਧਾਨ ਬਣਾਉਣੇ ਸਰਪੰਚਾ ਦੇ ਨਾਲ ਕੁੱਟਮਾਰ ਔਰ ਇਥੋਂ ਤੱਕ ਕੇ ਜਿਹੜਾ ਪੱਤਰਕਾਰ ਦੀ ਮੈਂ ਗੱਲ ਕਰ ਰਿਹਾ ਉਹ ਵੀ ਟਰੱਕ ਯੂਨੀਅਨ ਦੀ ਖਬਰ ਲਾਈ ਸੀ ਪ੍ਰਧਾਨ ਜ਼ਬਰਦਸਤੀ ਬਣਾਇਆ ਉਹਨੇ ਖਬਰ ਲਾਈ ਉਹਨੂੰ ਬਰਬਰਤਾ ਦੇ ਨਾਲ ਕੁੱਟਿਆ ਔਰ ਜਿਹੜੀ ਇੰਟੈਂਸ਼ਨ ਨੇ ਕਹਿੰਦੇ ਸੀ ਰੈਡ ਲਾਈਟ ਜਿਹੜਾ ਕਲਚਰ ਸਮਾਪਿਤ ਕੀਤਾ ਸਾਡੇ ਮਾਨਯੋਗ ਫਾਈਨੈਂਸ ਮਿਨਿਸਟਰ ਹੈਲੀਕਾਪਟਰ ਤੇ ਗਏ ਨੇ ਕੀ ਐਮਰਜੈਂਸੀ ਸੀ ਉਹਨਾਂ ਨੂੰ ਵਸਾਖੀ ਵਾਲੇ ਦਿਨ ਉਹ ਜਦੋਂ ਕਿ ਸੀਐਮ ਸਾਹਿਬ ਨਾਲ ਨਹੀਂ ਹੈਗੇ ਇਕੱਲੇ ਉੱਥੇ ਗਏ ਨੇ ਕੋਈ ਐਮਰਜੈਂਸੀ ਨਹੀਂ ਸੀ ਵੀ ਬਾ ਜਾ ਉਹਨਾਂ ਨੇ ਬਾਹਰੋਂ ਆਉਣਾ ਸੀ ਟਾਈਮ ਨਹੀਂ ਸੀ ਬੜੀ ਟਾਈਮ ਦੀ ਸ਼ਾਰਟੇਜ ਸੀਗੀ ਔਰ ਉਹ ਦੋਰਾ ਆਪਣਾ ਦਿਖਾਉਂਦੇ ਆ ਰੂਪ ਇੱਕ ਪਾਸੇ ਕਹਿੰਦੇ ਵੀ ਗੱਡੀ ਮੈਂ ਆਪ ਚਲਾਉਣੀ ਮੇਰੀ ਗੱਡੀ ਹੈ ਸਿਕਿਉਰਿਟੀ ਕੱਟ ਕਰ ਦਿੰਦੀ ਹੈ ਲੇਕਿਨ ਉਹ ਹੈਲੀਕਾਪਟਰ ਦੀ ਵਰਤੋਂ ਕਰਨੀ ਆਪ ਹੀ ਆਪ ਹੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਵਰਤੋਂ ਨਹੀਂ ਕਰਾਂਗੇ ਔਰ ਆਪ ਹੀ ਉਹ ਕੱਲ ਲੈ ਕੇ ਗਏ ਨੇ ਸੋ ਇਹ ਜਿਹੜਾ ਇਹਨਾਂ ਦਾ ਜਗਾ ਜਗਾਤੇ ਜਿਤਾ ਕੇ ਜਿਹੜੇ ਆਪਣੇ ਇੱਕ ਮੰਤਰੀ ਨੇ ਦਾਬਾ ਮਾਰਿਆ ਮੈਂ ਤੈਨੂੰ ਸਸਪੈਂਡ ਕਰ ਦੂੰਗਾ ਔਰ ਇਹ ਇੰਟੈਂਜਨ ਇਹ ਜਿਹੜਾ ਇਹਨਾਂ ਦੇ ਬੋਲ ਸੱਤਾ ਦਾ ਨਸ਼ਾ ਜਿਵੇਂ ਕਿ ਦੱਸਿਆ ਸ਼ਾਨ ਸਾਹਿਬ ਨੇ ਬਿਲਕੁਲ ਸਹੀ ਗੱਲ ਹੈ ਕਿ ਇਹ ਲੋਕਾਂ ਨੂੰ ਔਰ ਪੂਰੇ ਪੈਨੇ ਦੇ ਥਲੇ ਠੀਕ ਹੈ ਸਰ ਠੀਕ ਹੈ ਜਿਹੜਾ ਸਾਥੀ ਉਹਨਾਂ ਨੂੰ ਬੜੀ ਬੁਰੀ ਤਰ੍ਹਾਂ ਕੁੱਟਿਆ ਗਿਆ ਔਰ ਇਸ ਤਰ੍ਹਾਂ ਦੇ ਅਨੇਕਾ ਆਧਾਰਨਾ ਨੇ ਠੀਕ ਹੈ ਸਰ ਠੀਕ ਹੈ ਰਾਏ ਸਾਹਿਬ ਜੀ ਜੀ ਸੋ ਤੁਸੀਂ ਤੁਸੀਂ ਲਾਅ ਐਂਡ ਆਰਡਰ ਨੂੰ ਲੈ ਕੇ ਲਾਅ ਐਂਡ ਆਰਡਰ ਨੂੰ ਲੈ ਕੇ ਸਵਾਲ ਚੁੱਕ ਰਹੇ ਹੋ ਸੋ ਕਈ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਰਲੋਚਨ ਸਿੰਘ ਲਾਲੀ ਜੀ ਕਿ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਆ ਇਨਸੀਡੈਂਟ ਸਾਹਮਣੇ ਆਏ ਨੇ ਲਾਅ ਐਂਡ ਆਰਡਰ ਨੂੰ ਲੈ ਕੇ ਕਿ ਉਹ ਹੌਲੀ ਹੌਲੀ ਹਾਵੀ ਹੁੰਦਾ ਜਾ ਰਿਹਾ ਸੱਤਾ ਦਾ ਨਸ਼ਾ ਤੇ ਉਹ ਜ਼ਰੂਰ ਦੇਣਾ ਜੇ ਸਾਰਿਆਂ ਦਾ ਜਵਾਬ ਦੇਣ ਦਾ ਮੈਂ ਮਾਨ ਸਾਹਿਬ ਜ਼ਰੂਰ ਦੇਣਾ ਜੇ ਮਾਨ ਸਾਹਿਬ ਪੁਲਿਸ ਸਰ ਮੈਂ ਉਹਨਾਂ ਤੋਂ ਵੀ ਰਿਐਕਸ਼ਨ ਲੈ ਲਾਂ ਪੁਲਿਸ ਸਰ ਮੈਂ ਤੁਹਾਡੇ ਕੋ ਆਉਂਗਾ ਇੱਕੋ ਕੇ ਕਿਉਂਕਿ ਪੰਜ ਬੰਦੇ ਮੇਰੇ ਉਲਟ ਬੋਲਦੇ ਪਏ ਨੇ ਮੈਨੂੰ ਜਵਾਬ ਦੇਣ ਦਾ ਮੌਕਾ ਜਰੂਰ ਮਿਲਣਾ ਚਾਹੀਦਾ ਜੀ ਮਾਨ ਸਾਹਿਬ ਸਰ ਮੈਂ ਤੁਹਾਡੇ ਕੋਹਾਉਂਗਾ ਮੈਂ ਲਾਲੀ ਜੀ ਤੋਂ ਜਵਾਬ ਲੈਣਾ ਪਲੀਜ਼ ਸਰ ਦੋ ਬੰਦੇ ਸੀ ਹੁਣ ਪੰਜ ਹੋ ਗਏ ਬੰਦੇ ਇੰਨੇ ਬੁਲਾਉਣ ਲਾ ਕਿੰਨ ਕਰੀਏਗੀ ਗੁਰਪ੍ਰੀਤ ਜੀ ਜਿਹੜੇ ਇਨਸੀਡੈਂਟ ਵਾਪਰੇ ਨੇ ਚਾਹੇ ਸਿੱਕੀ ਵਾਲਾ ਚਾਹੇ ਗਿੱਦੜਵਾਏ ਵਾਲਾ ਜਾਂ ਜਿਹੜੇ 1 2 ਹੋਰ ਨੇ ਪੰਜਾਬ ਸਾਧੂ ਸਿੰਘ ਵਾਲਾ ਵਾਪਰਿਆ ਜੀ ਜੀ ਦੇਖੋ ਜਦੋਂ ਸਰਕਾਰਾਂ ਬਦਲੀ ਹੁੰਦੀਆਂ ਨੇ ਕਿਉਂਕਿ ਜਿਸ ਪ੍ਰਕਾਰ ਦਾ ਤਾਣਾ-ਮਾਣਾ ਸਾਡਾ ਰਾਸ ਸੀ ਆ ਉਹ ਕਹਿੰਦਾ ਵੀ ਇੱਕ ਨੂੰ ਕਿਰੋਨੀ ਇੱਥੇ ਤਾਂ ਉੱਤਿਆ ਫਿਰਦਾ ਆ ਵਾ ਤੇ ਪਾਰਟੀਆਂ ਦਾ ਸਾਰੀਆਂ ਦਾ ਹਾਲ ਇਹੀ ਆ ਠੀਕ ਆ ਜੀ ਚਾਹੇ ਉਹ ਕਾਂਗਰਸ ਦੇ ਵਿੱਚ ਨੇ ਚਾਹੇ ਅਕਾਲੀ ਦਲ ਦੇ ਵਿੱਚ ਨੇ ਚਾਹੇ ਜਿਹੜੀ ਆ ਨਵੀਂ ਹੁਣ ਵਿਰੋਧੀ ਧਿਰ ਦੇ ਵਿੱਚ ਆਮ ਆਦਮੀ ਪਾਰਟੀ ਇਹ ਇਹਦੇ ਨਾਲ ਹੀ ਅਸੀਂ ਰਹੇ ਆ ਸਾਨੂੰ ਪਤਾ ਵੀ ਕੀ ਕੁਝ ਹੁੰਦਾ ਆ ਰਿਹਾ ਇਸ ਕਰਕੇ ਕਿਤੇ ਨਾ ਕਿਤੇ ਮੈਨੂੰ ਅਜੇ ਵੀ ਲੱਗਦਾ ਵੀ ਸਰਕਾਰ ਨੂੰ ਹਜੇ 2-3 ਮਹੀਨੇ ਜਾਂ 6 ਮਹੀਨੇ ਦੇਣੇ ਚਾਹੀਦੇ ਆ ਫਿਰ ਉਹਦਾ ਆਪਾਂ ਇਸ ਗੱਲ ਦਾ ਨਰੀਖਣ ਕਰ ਸਕਦੇ ਆ ਵੀ ਚੰਗਾ ਜਾਂ ਮਾੜਾ ਕਿ ਜਦੋਂ ਸੱਤਾ ਪਰਿਵਰਤਨ ਹੁੰਦੀ ਹੈ ਜਿਹੜੇ ਬੰਦੇ ਜਾਂ ਵਰਕਰ ਜਿਹੜੇ ਕੰਮ ਕਰਦੇ ਹੁੰਦੇ ਨੇ ਕਿਤੇ ਨਾ ਕਿਤੇ ਉਹ ਫਿਰ ਰਾਸਸੀ ਜਿਹੜੀ ਆਜ਼ਾਦੀ ਜਾਂ ਰਾਸਸੀ ਤਾਕਤ ਨੂੰ ਵਰਤਣ ਦਾ ਕਿਤੇ ਨਾ ਕਿਤੇ ਜੁਰਤ ਦਿਖਾ ਜਾਂਦੇ ਨੇ ਤੇ ਸਰਕਾਰ ਲਈ ਪ੍ਰੋਬਲਮ ਹੁੰਦੀ ਆ ਚਾਹੇ ਉਹ ਸਾਧੂ ਸਿੰਘ ਦੇ ਉਹਦੇ ਚ ਵਾਪਰੀ ਚਾਹੇ ਪ੍ਰੈਸ ਵਾਲੇ ਮੁੰਡਿਆਂ ਨਾਲ ਵਾਪਰੀ ਮੈਨੂੰ ਇਹ ਲੱਗਦਾ ਵੀ ਸਰਕਾਰ ਨੂੰ ਹਜੇ ਥੋੜਾ ਜਿਹਾ ਹੋਰ ਸਮਾਂ ਦੇਣਾ ਚਾਹੀਦਾ ਇੰਨੀ ਸਾਨੂੰ ਇੰਨੀ ਛੇਤੀ ਸਾਨੂੰ ਰिएक्ट ਨਹੀਂ ਕਰਨਾ ਚਾਹੀਦਾ ਪਰ ਜੇ ਤੁਸੀਂ ਕੰਪੈਰੀਜ਼ਨ ਕਰੋਗੇ ਪਿਛਲੇ 10 ਸਾਲ ਨਾਲ ਫਿਰ ਕਿਤੇ ਨਾ ਕਿਤੇ ਤੁਹਾਨੂੰ ਇਹ ਲੱਗਦਾ ਵੀ ਅੱਗੇ ਨਾਲੋਂ ਕਿਤੇ ਨਾ ਕਿਤੇ ਰਿਲੀਫ ਆ ਪੁਲਿਸ ਪ੍ਰੰ ਤੋਸਤਾ ਹੁਣ ਸਮੱਸਿਆ ਇੱਕ ਹੋਰ ਵੀ ਆ ਜਿਹੜੇ ਪਿੱਛੇ ਮਾੜੇ ਕੰਮ ਕੀਤੇ ਨੇ ਉਹ ਆਪਣਾ ਲੁਕੋਈ ਜਾਂਦੇ ਨੇ ਪੱਲਾ ਵੀ ਯਾਰ ਹੁਣ ਕਿਤੇ ਨਾ ਕਿਤੇ ਅਸੀਂ ਬੱਤ ਜੀਏ ਰੋਲਾ ਰੂਲਾ ਜਆ ਪਾਈ ਜਾਈਏ ਕਈ ਬੰਦੇ ਇਦਾਂ ਦੇ ਨੇ ਪਿਛਲੀ ਸਰਕਾਰ ਦੇ ਵਿੱਚ ਵੀ ਜਿਨ੍ਹਾਂ ਨੇ ਰਹੇ ਨੇ ਜਿਨ੍ਹਾਂ ਨੇ ਆਪਣੇ ਕਰਪਸ਼ਨ ਦੇ ਨਾਲ ਵੀ ਹੋਰ ਗੈਰ ਕਾਨੂੰਨੀ ਟੰਗਾ ਦੇ ਨਾਲ ਹੱਥ ਰੰਗੇ ਨੇ ਚਾਹੇ ਰੇਤੇ ਦਾ ਕੰਮ ਸੀ ਚਾਹੇ ਹੋਰ ਕੰਮ ਸੀ ਜਿਹਦਾ ਰੋਲਾ ਪੈਂਦਾ ਰਿਹਾ ਪੰਜਾਬ ਦੇ ਵਿੱਚ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਦੋ ਤਿੰਨ ਮਹੀਨੇ ਜਿਹੜੇ ਹੋਰ ਅਜੇ ਦੇਣੇ ਚਾਹੀਦੇ ਨੇ ਸਰਕਾਰ ਨੂੰ ਤੇ ਬਿਨਾ ਗੱਲ ਤੋਂ ਆਪਾਂ ਆਪਾ ਬਾਪ ਵਿਲਾ ਵਿਰੋਧੀ ਦੇ ਵੱਜੋਂ ਨਹੀਂ ਖੜਾ ਕਰਨਾ ਚਾਹੀਦਾ ਕਿਤੇ ਨ ਕੈਪਟਨ ਰਵਿੰਦਰ ਸਿੰਘ ਨੇ ਤਿਰੜ ਸ਼ਕਤੀ ਵਾਲੇ ਬੰਦੇ ਨੇ ਔਰ ਇੱਕ ਗੱਲ ਜਿਹੜੀ ਸਭ ਤੋਂ ਮੈਨੂੰ ਮਾੜੀ ਲੱਗੀ ਆ ਕੈਨੇਡਾ ਵਾਲਾ ਵਿਵਾਦ ਜਿਹੜਾ ਹੋਇਆ ਉਹਦੇ ਵਿੱਚ ਕੈਪਟਨ ਸਾਹਿਬ ਨੂੰ ਨਹੀਂ ਪੈਣਾ ਚਾਹੀਦਾ ਸੀ ਠੀਕ ਹੈ ਠੀਕ ਹੈ ਸਾਡੇ ਨਾਲ ਦੀਪਕ ਸ਼ਰਮਾ ਜੀ ਨੇ ਦੀਪਕ ਸ਼ਰਮਾ ਜੀ ਕੀ ਤੁਹਾਨੂੰ ਲੱਗਦਾ ਹੈ ਕਿ ਜੋ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਆਪਣੀ ਮਾਨਸਿਕਤਾ ਦੇ ਵਿੱਚ ਕਿਤੇ ਨਾ ਕਿਤੇ ਬਦਲਾ ਲੈਣਾ ਹੈਗਾ ਕਿਉਂਕਿ ਮੁੱਖ ਮੰਤਰੀ ਤਾਂ ਕਾਫੀ ਸਾਰੇ ਨਿਰਦੇਸ਼ ਦਿੰਦੇ ਨੇ ਕਿ ਸਾਨੂੰ ਹਲੀਮੀਨਾ ਪੇਸ਼ ਹੋਣਾ ਇਸ ਤਰ੍ਹਾਂ ਹੋਣਾ ਪਰ ਮੰਤਰੀਆਂ ਤੱਕ ਜਾਂ ਵਿਧਾਇਕਾਂ ਤੱਕ ਜਾਂ ਜੋ ਕਾਂਗਰਸ ਦੇ ਆਗੂ ਨੇ ਹੱਥਲੇ ਪੱਧਰ ਤੋਂ ਉਹਨਾਂ ਤੱਕ ਇਹ ਗੱਲ ਸਹੀ ਬਿਲਕੁਲ ਗੁਰਪ੍ਰੀਤ ਜੀ ਤੁਹਾਡੀ ਗੱਲ درست ਹੈ ਕਿ ਕੈਪਟਨ ਅਮਰਿੰਦਰ ਰੋਨੀ ਜੋ ਕੰਮ ਕਰ ਰਹੇ ਨੇ ਉਹ ਲੋਕਾਂ ਤੱਕ ਤਾਂ ਕੀ ਪਹੁੰਚੇਗਾ ਸ਼ਾਇਦ ਉਹਨਾਂ ਦੀ ਸੋਚ ਉਹਨਾਂ ਦਾ ਸੁਨੇਹਾ ਆ ਜੇ ਉਹਨਾਂ ਦੇ ਮੰਤਰੀਆਂ ਵਿਧਾਇਕਾਂ ਤੱਕ ਨਹੀਂ ਪਹੁੰਚ ਰਿਹਾ ਇਸੇ ਲਈ ਜਿਹੜੇ ਬਵਾਦ ਆਏ ਨੇ ਉਹ ਜ਼ਿਆਦਾਤਰ ਉਹਨਾਂ ਦੇ ਮੰਤਰੀਆਂ ਦੇ ਨਿੱਜੀ ਬਿਆਨਾਂਵਾਜੀ ਵਾਜੇ ਜਾਂ ਨਿੱਜੀ ਕਿਸੇ ਘਟਨਾ ਕਰਨ ਨਾਲ ਜੁੜੇ ਹੋਏ ਨੇ ਜਦਕਿ ਪ੍ਰਸ਼ਾਸਨਿਕ ਤੌਰ ਤੇ ਸਰਕਾਰ ਕੰਮ ਕਰ ਰਹੀ ਹੈ ਪਰ ਸਵਾਲ ਦੇਖਣ ਵਾਲਾ ਇਹ ਹੈ ਕਿ ਚਾਹੇ ਰਾਏ ਸਾਹਿਬ ਨੇ ਚਾਹੇ ਚੰਦੂ ਮਾਜਰਾ ਜੀ ਹੋਰੀ ਨੇ ਹੁਣ ਅੱਜ ਇਹ ਕਹਿ ਰਹੇ ਨੇ ਨਸ਼ੇ ਖਤਮ ਨਹੀਂ ਹੋਏ ਜੀ ਜਦੋਂ ਕਿ ਆਪਣੀ ਸਰਕਾਰ ਦੇ ਟਾਈਮ 'ਤੇ ਮੰਨਣ ਨੂੰ ਤਿਆਰ ਨਹੀਂ ਸੀ ਕਿ ਨਸ਼ੇ ਹੈ ਨਹੀਂ ਅੱਜ ਇਹ ਕਹਿ ਰਹੇ ਨੇ ਇੱਕ ਲਾਅ ਐਂਡ ਕਾਨੂੰਨ ਆਰਡਰ ਪੰਜਾਬ ਦੇ ਵਿੱਚ ਹੈ ਹੀ ਨਹੀਂ ਜੀ ਮਤਲਬ ਉਸ ਟਾਈਮ 'ਤੇ ਕਹੇ ਸੀ ਸਾਰਾ ਕੁਝ درست ਹੈ ਅੱਜ ਇੱਕੋ ਦਾ ਮੈਂ ਇਹਨਾਂ ਕੁਛ ਮਾੜਾ ਮਤਲਬ ਇਹਦਾ ਮਤਲਬ ਆਪਣੇ ਟਾਈਮ ਨਾਲ ਆ ਗੱਲ ਲੁਕਾਉਣ ਵਾਲੀ ਗੱਲ ਹੈ ਪਰ ਸਰਕਾਰ ਦੇ ਸਾਹਮਣੇ ਜਿਹੜੇ ਦੋ ਵੱਡੇ ਚੈਲੰਜ ਨੇ ਉਹ ਇਹ ਨੇ ਇੱਕ ਕਿਸਾਨੀ ਵਾਲਾ ਇੱਕ ਨਸ਼ੇ ਵਾਲਾ ਕਿਉਂਕਿ ਇਸ ਟਾਈਮ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਨਾਲ-ਨਾਲ ਕੇਂਦਰ ਸਰਕਾਰ ਦੀ ਨਜ਼ਰ ਵੀ ਅਮਰਿੰਦਰ ਸਿੰਘ ਉੱਤੇ ਲੱਗੀ ਹੋਈ ਹੈ ਕਿ ਦੇਖਦੇ ਆ ਸਾਡੇ ਸਹਿਯੋਗ ਤੋਂ ਬਿਨਾ ਸਾਡੇ ਆਸ਼ੀਰਵਾਦ ਤੋਂ ਬਿਨਾ ਕੈਪਟਨ ਹੋਰੀ ਕਿਵੇਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਦੇ ਨੇ ਯੂਪੀ ਲਈ ਹੋਰ ਰੁੱਖਾ ਕੇਂਦਰ ਸਰਕਾਰ ਦਾ ਤੇ ਪੰਜਾਬ ਲਈ ਹੋਰ ਰੁੱਖਾ ਹੈ ਇਸ ਲਈ ਨજર ਇਸ ਗੱਲ ਤੇ ਵੀ ਹੈ ਕਿ ਨਸ਼ਾ ਮੁਕਤ ਕਿਵੇਂ ਕਰਨਗੇ ਅਮਰਿੰਦਰ ਇਹ ਵੱਡਾ ਚ ਚੁਣੌਤੀ ਹੈ ਤੇ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਕਿਵੇਂ ਮਾਫ ਕਰਨਗੇ ਅਮਰਿੰਦਰ ਲਈ ਵੱਡੀ ਚੁਣੌਤੀ ਹੈ ਤੇ ਤੀਸਰਾ ਉਹਨਾਂ ਨੂੰ ਆਪਣੀ ਮੰਤਰੀਆਂ ਵਿਧਾਇਕਾਂ ਦੇ ਉੱਪਰ ਵੀ ਕੰਟਰੋਲ ਰੱਖਣਾ ਇਹ ਉਹਨਾਂ ਨੂੰ ਦੇਖਣਾ ਹੋਵੇਗਾ ਗੁਰਪ੍ਰੀਤ ਜੀ ਮੈਂ ਇੱਕ ਗੱਲ ਕਲੀਅਰ ਕਰ ਦੇਵਾਂ ਯੂਪੀਵੀ ਸਰਕਾਰ ਨੇ ਕਰਜ਼ਾ ਜਿਹੜਾ ਮਾਫ ਕੀਤਾ ਨਾ ਪ੍ਰਧਾਨ ਮੰਤਰੀ ਨੇ ਉੱਥੇ ਕਿਹਾ ਔਰ ਨਾ ਮੇਰੀ ਗੱਲ ਪੂਰੀ ਹੋ ਜਾਂਦੀ ਹੈ ਹੁਣ ਉਥੇ ਇੱਕ ਜਿਹੜੀ ਉਥੋਂ ਦੀ ਜਿਹੜੇ ਹੈਗੇ ਯੂਨਿਟ ਆ ਉਹਨਾਂ ਨੇ ਕਰਜ਼ਾ ਮਾਫ ਚੋਨ ਮੈਨੀਫੈਸਟੋ ਚ ਰੱਖਿਆ ਠੀਕ ਹੈ ਠੀਕ ਹੈ ਸਰ ਬੀਇੰਗ ਮੈਂਬਰ ਪਾਰਲੀਮੈਂਟ ਉਹਨਾਂ ਨੇ ਕਿਹਾ ਕਿ ਮੈਂ ਸੰਸਦ ਦੇ ਨਾਤੇ ਗੁਰਪ੍ਰੀਤ ਜੀ ਇਹ ਰਿਪੋਰਟ ਕਰ ਰਿਹਾ ਕਿ ਕਾਤਾਬ ਦੇ ਮੈਂ ਇਹ ਝੂਠ ਹੈ ਉਹਨਾਂ ਨੇ ਠੀਕ ਹੈ ਠੀਕ ਹੈ ਸਰ ਠੀਕ ਹੈ ਰਾਏ ਸਾਹਿਬ ਪਲੀਜ਼ ਮਹਿਮਾਨ ਸਾਹਿਬ ਤੇ ਰਿਐਕਸ਼ਨ ਲੈ ਲਾ ਸਰ ਉਹ ਜਿਹੜੀ ਕਮੇਟੀ ਬਣਾਈ ਹੈ ਉਹ ਉਹਨਾਂ ਨੇ ਆਪਾਂ ਲੋਕੀਤਾ ਮਗਰੋਂ ਆ ਕੇ ਸਰਕਾਰ ਨੇ ਮਾਮਲਾ ਉਹਨਾਂ ਨੇ ਇਹਨਾਂ ਦੀ ਇੱਛਾ ਸ਼ਕਤੀ ਹੈ ਨਹੀਂ ਨਹੀਂ ਰਾਏ ਸਾਹਿਬ ਰਾਏ ਸਾਹਿਬ ਉਸਤੇ ਵਿੱਚ ਵੀ ਕੁਝ ਮਦਦ ਰੱਖੀਆਂ ਗਈਆਂ ਨੇ ਇਹ ਕਹਿੰਦੇ ਵੀ ਕਮੇਟੀ ਲਾ ਕੇ ਇਹ ਝੂਠ ਇਹ ਬਿਲਕੁਲ ਸਰਾਸਰ ਝੂਠ ਹੈ ਗੁਰਪ੍ਰੀਤ ਜੀ ਸਾਰੇ ਸਾਰੇ ਯੂਪੀ ਦੇ ਚੋਣ ਪ੍ਰਚਾਰ ਦੇ ਵਿੱਚ ਪ੍ਰਧਾਨ ਮੰਤਰੀ ਜੀ ਕਦੇ ਪ੍ਰਧਾਨ ਮੰਤਰੀ ਵਾਂਗ ਨਜ਼ਰ ਹੀ ਨਹੀਂ ਆਏ ਉਹ ਪਾਰਟੀ ਦੇ ਲੀਡਰ ਬਣ ਕੇ ਨਜ਼ਰ ਆਏ ਇਸ ਲਈ ਉਹਨਾਂ ਪ੍ਰਧਾਨ ਮੰਤਰੀ ਵਾਲੀ ਦਿੱਖ ਕਾਇਮ ਰੱਖਣੀ ਚਾਹੀਦੀ ਹੈ ਔਰ ਦੇਖੋ ਗੁਰਪ੍ਰੀਤ ਜੀ ਜਿਹੜੀ ਗੱਲ ਹੈ ਜਿਹੜੀ ਕੀਤੀ ਹੈ ਵਾਰ-ਵਾਰ ਮੰਤਰੀਆਂ ਦੀ ਔਰ ਜਿਹੜੀ ਹੈ ਕੇ ਜਿਹੜਾ ਨਸ਼ਾ ਚੜ ਗਿਆ ਦੇਖੋ ਅੱਜ ਕੈਪਟਨ ਮਨਿੰਦਰ ਸਿੰਘ ਨੇ ਬੜੀ ਸਖਤ ਜਿਹੜਾ ਹੈ ਇੱਕ ਡਾਇਰੈਕਸ਼ਨਾਂ ਦਿੱਤੀਆਂ ਨੇ ਕਾਂਗਰਸ ਦੇ ਵਰਕਰਾਂ ਨੂੰ ਹਰ ਇੱਕ ਐਡਮਿਨਿਸਟ੍ਰੇਸ਼ਨ ਨੂੰ ਕਿ ਇਹ ਜਿਹੜਾ ਹੈ ਕੋਈ ਵੀ ਸਿਆਸੀ ਤਖਲੰਦਾਸੀ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਔਰ ਅਫਸਰਾਂ ਨੂੰ ਇਹ ਤਾੜਨਾ ਕੀਤੀ ਗਈ ਹੈ ਕਿ ਆਪਣਾ ਜਿਹੜਾ ਕੰਮ ਹੈ ਉਹ ਪੂਰਾ ਬਿਲਕੁਲ ਨਿਡਰ ਹੋ ਕੇ ਜੋ ਕਾਨੂੰਨ ਦੇ ਹਿਸਾਬ ਨਾਲ ਕਰਨਾ ਹੈ ਇਹ ਦੇਖੋ ਕਟਨ ਦਮਿੰਦਰ ਸਿੰਘ ਹਰ ਇੱਕ ਜਿਹੜਾ ਹੈ ਚੀਜ਼ ਨੂੰ ਵਾਚ ਕਰਦੇ ਪਏ ਨੇ ਔਰ ਇੰਨੇ ਸਖਤ ਨਿਰਦੇਸ਼ ਦਿੰਦੇ ਪਏ ਨੇ ਓਕੇ ਇਹਦੇ ਨਾਲ ਜਿਹੜਾ ਹੈ ਠੀਕ ਹੈ ਸਰ ਸਰ ਮੈਂ ਮਾਨਸਾ ਮੈਂ ਉਹੀ ਕਹਿ ਸੀਗਾ ਨਿਰਦੇਸ਼ ਤਾਂ ਦੇ ਰਹੀ ਨੇ ਪਰ ਨਿਰਦੇਸ਼ ਆਪਣੇ ਬੰਦਿਆਂ ਤੱਕ ਨਹੀਂ ਪਹੁੰਚ ਰਹੇ ਗੁਰਪ੍ਰੀਤ ਜੀ ਮਾਨਤ ਗੁਰਪ੍ਰੀਤ ਜੀ ਨਿਰਦੇਸ਼ ਗੁਰਪ੍ਰੀਤ ਜੀ ਬਿਲਕੁਲ ਬਿਲਕੁਲ ਸਵਾਲ ਇਹੀ ਹੈ ਸਵਾਲ ਇਹੀ ਹੈ ਕਿ ਉਹ ਬਾਰ-ਬਾਰ ਨਿਰਦੇਸ਼ ਹੀ ਦਿੰਦੇ ਨੇ ਹੁਕਮ ਦਿੰਦੇ ਨੇ ਪਰ ਉਹਨਾਂ ਦੇ ਮੰਤਰੀ ਵਿਧਾਇਕ ਅਜੇ ਉਹਨਾਂ ਦੀ ਪਾਲਣਾ ਨਹੀਂ ਕਰ ਰਹੇ ਇਹ ਇਹ ਤੁਸੀਂ ਇਹ ਆਉਂਦੇ 10 ਦਿਨਾਂ 'ਚ ਵੇਖ ਲਿਓ ਠੀਕ ਸਰ ਠੀਕ ਜਿਹੜਾ ਹੋਏਗਾ ਇਹ ਹੋੜੀ-ਹੋੜੀ ਥੋੜਾ ਜਿਹਾ ਇਹ ਹਰ ਜੀ ਦਾ ਥੋੜਾ ਮੌਕਾ ਦੇ ਦਿਓ ਠੀਕ ਠੀਕ ਹੈ ਸਰ ਸਰ 1 ਮਿੰਟ ਚੰਦੂ ਮਾਜਰਾ ਜੀ ਮੇਰਾ ਤੁਹਾਡੇ ਤੋਂ ਇੱਕ ਛੋਟਾ ਜਿਹਾ ਸਵਾਲ ਹੈ ਬੈਠੀ ਆ ਭੂਮਿਕਾ ਨਿਮੋਣੀ ਚਾਹੀਦੀ ਆ ਉਹ ਉਹ ਕੋਠੀਆਂ ਆ ਕਿਰਸੀਆਂ ਪਿੱਛੇ ਨਾ ਉਲਝੇ ਠੀਕ ਹੈ ਜਿਹੜੇ ਅਫਸਰ ਨੇ ਨਾ ਥੱਲੇ ਬੈਠੇ ਉਹਨਾਂ ਨੂੰ ਪਾਣੀ ਜਿਹੜੀ ਹਕੂਮਤ ਆ ਦਾ ਉਹਦਾ ਨਸ ਠੀਕ ਠੀਕ ਹੈ ਸਰ ਠੀਕ ਹੈ ਸਰ ਸਰ ਮੇਰੇ ਕੋ ਸਮਾਂ ਘੱਟ ਹੈ ਮੈਂ ਚੰਦੂ ਮਾਗ ਰਹੀ ਤੋਂ ਇੱਕ ਰਿਐਕਸ਼ਨ ਲੈਣਾ ਚਾਹਾਂਗਾ ਸਰ ਜਿਸ ਤਰ੍ਹਾਂ ਨਾਲ ਸਵਾਲ ਚੁੱਕੇ ਜਾ ਰਹੇ ਨੇ ਕਿ ਕੇਂਦਰ ਦੇ ਵੱਲ ਵੀ ਨਿਗਾਹਾਂ ਨੇ ਕਿ ਕੇਂਦਰ ਸਪੋਰਟਿਵ ਭੂਮਿਕਾ ਨਿਭਾਏਗੀ ਕਾਂਗਰਸ ਵੀ ਪੂਰੀ ਮਦਦ ਕਰੇਗੀ ਹਰ ਮੁੱਦੇ ਦੇ ਉੱਤੇ ਜਿਸ ਦੇ ਵਿੱਚ ਵੀ ਉਸ ਨੂੰ ਜ਼ਰੂਰਤ ਹੈ ਸੂਬੇ ਵਾਸਤੇ ਦੇਖੋ ਕੇਂਦਰ ਸਰਕਾਰ ਜਿਹੜਾ ਕੋਲਡਰ ਦਾ ਸਵਾਲ ਸੀ ਉਹ ਵੀ ਪੁੱਛ ਲਓ ਇਹਨਾਂ ਨੂੰ ਜਿਹੜਾ ਸਕਾਟਰ ਦਾ ਸਵਾਲ ਸੀਗਾ ਕਿਹੜੀ ਪਾਰਟੀ ਆ ਰਹੀ ਹੈ ਸਰ ਪਲੀਜ਼ ਮਾਨ ਸਾਹਿਬ ਕਰੰਟ ਕ੍ਰੈਡਿਟ ਲਿਮਿਟ ਗੱਲ ਸੁਣ ਲਓ ਮੇਰੇ ਨਾਲ ਜੀ 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 ਕਰੰਟ ਕ੍ਰੈਡਿਟ ਲਿਮਿਟ ਦੀ ਗੱਲ ਸੀ ਜਦੋਂ ਵੀ ਕੈਪਟਨ ਮਹਿੰਦਰ ਸਿੰਘ ਉਰੀ ਗਏ ਮੇਰਾ ਖਿਆਲ ਆ ਕੋਈ ਇੱਕ ਮਿੰਟ ਵੀ ਲਾਇਆ ਤੇ ਉਹਨਾਂ ਨੇ ਕਲੀਅਰ ਕੀਤੀ ਕੋਈ ਪੰਜਾਬ ਸਰਕਾਰ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਖੜੀ ਹੋਣ ਦਿੰਦੀ ਇਸੇ ਤਰ੍ਹਾਂ ਪਾਣੀ ਦਾ ਮਾਮਲਾ ਪਾਣੀ ਦੇ ਮਾਮਲੇ ਦੇ ਵਿੱਚ ਵੀ ਮੋਦੀ ਸਾਹਿਬ ਨੇ ਆਪ ਪਹਿਲ ਕਦਮੀ ਕਰਕੇ ਸ਼ਾਇਦ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਏਡੀ ਵੱਡੀ ਪਹਿਲ ਕਦਮੀ ਨਾ ਕੀਤੀ ਹੋਵੇ ਜਿਨੀ ਪਾਣੀਆਂ ਦੇ ਮਾਮਲੇ ਵਿੱਚ ਮੋਦੀ ਸਾਹਿਬ ਕਰ ਰਹੇ ਨੇ ਸੋ ਕੇਂਦਰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਵੀ ਕੋਈ ਇਸ ਕਿਸਮ ਦਾ ਅੜੀਕਾ ਨਹੀਂ ਡਾਇਆ ਜਾਏਗਾ ਪਰ ਜਿੱਥੇ ਤੱਕ ਕਿਸਾਨਾਂ ਦੇ ਕਰਜ਼ੇ ਦੀ ਗੱਲ ਆ ਜਾ ਨੌਕਰੀਆਂ ਦੇਣਾਈ ਗੱਲਾਂ ਉਹ ਤਾਂ ਇੱਥੋਂ ਦੀ ਜਿਹੜੀ ਰੂਲਿੰਗ ਪਾਰਟੀ ਆ ਅੱਜ ਕਾਂਗਰਸ ਪਾਰਟੀ ਇਹਨਾਂ ਨੇ ਖੁਦ ਫਾਰਮ ਭਰੇ ਸੀ ਇਹਨਾਂ ਨੇ ਫਾਰਮ ਭਰ ਕੇ ਮਤਲਬ ਇੱਥੋਂ ਤੱਕ ਇੱਕ ਕਮਿਟਮੈਂਟ ਕਰ ਲਈ ਸੀ ਕਿਸਾਨ ਨਾਲ ਵੀ ਤੁਹਾਡਾ ਕਰਜ਼ਾ ਅਸੀਂ ਮਾਫ਼ ਕਰਾਂਗੇ ਅਸੀਂ ਭਰਾਂਗੇ ਅਸੀਂ ਅਸੀਂ ਕਰਾਂਗੇ ਜੀ ਲੇਕਿਨ ਪੰਜਾਬ ਜਿਹੜਾ ਹੈ ਇਹ ਇਹ ਪੂਰੇ ਦੇਸ਼ ਦਾ ਜਿਹੜਾ ਢਿੱਡ ਪਰਦਾ ਇਹਨੂੰ ਪੰਜਾਬ ਇਹਨਾਂ ਨੇ ਦੇਖਿਆ ਕਿ ਜਿਹੜਾ ਪੰਜਾਬ ਦਾ ਕਿਸਾਨ ਕਿੰਨੇ ਪੰਜਾਬ ਦਾ ਕੰਮ ਕਰਦਾ ਹੈ ਕੇਂਦਰ ਵੱਲੋਂ ਕਿਸੇ ਤਰ੍ਹਾਂ ਦੇ ਪੂਰੇ ਦੇਸ਼ ਦਾ ਢਿੱਡ ਪਰਦਾ ਉਹਦੀ ਗੱਲ ਕਰੋ ਆ ਸੋਭੇ ਲਈ ਜੀ ਜੀ ਉਹਦੇ ਲਈ ਅਸੀਂ ਹਰ ਹਾਲਤ ਦੇਖੋ ਠੀਕ ਹੈ ਸਰ ਠੀਕ ਹੈ ਸੋ ਕੇਂਦਰ ਤੁਸੀਂ ਕਹਿ ਰਹੇ ਹੋ ਕਿ ਤਿਆਰ ਪਰ ਤਿਆਰ ਬੈਠੀ ਹੈ ਅਸੀਂ ਸਾਰੇ ਮਹਿਮਾਨਾਂ ਦੀ ਗੱਲ ਸੁਣੀ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਚਾਹਵਾਂਗਾ ਸਮਝ ਜਾਓ ਦੇ ਦਿੰਦਾ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਗੁਰਪ੍ਰਤਾਪ ਮਾਨ ਜੀ ਬੂਟਾ ਸਿੰਘ ਜੀ ਮਨਜੀਤ ਸਿੰਘ ਰਾਏ ਜੀ ਤਰਲੋਚਨ ਸਿੰਘ ਲਾਲੀ ਜੀ ਤੇ ਦੀਪਕ ਸ਼ਰਮਾ ਜੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਕੁੱਲ ਮਿਲਾ ਕੇ ਇਹ ਕਿ ਸਰਕਾਰ ਵੱਧ ਤਰ ਹੀ ਹੈ ਪਰ ਕਿਤੇ ਨਾ ਕਿਤੇ ਕੁਝ ਵਿਵਾਦ ਵੀ ਜੁਨੇ ਹੋ ਸਰਕਾਰ ਦੇ ਨਾਲ ਜੁੜਤੇ ਜਾ ਰਹੇ ਨੇ ਤੋਂ ਜੋ ਸਰਕਾਰ ਦੇ ਅਕਸ ਦੇ ਉੱਤੇ ਕਿਤੇ ਨਾ ਕਿਤੇ ਮਾੜਾ ਅਸਰ ਪਾਰ ਰਹੇ ਨੇ ਤੇ ਸਰਕਾਰ ਨੂੰ ਯਾਨੀ ਕਿ ਸਾਰੀ ਕੈਬਨਿਟ ਨੂੰ ਇਸ ਤੋਂ ਪਾਰ ਪਣਾ ਹੋਣਾ ਹੁੰਦਾ ਤੇ ਦਰਸ਼ਕਾਂ ਤੋਂ ਜੋ ਸਾਡਾ ਇਹਦਾ ਸਵਾਲ ਸਿਕ ਹੋਇਆ ਸੀਗਾ ਕਿ ਕੈਪਟਨ ਸਰਕਾਰ ਦੇ 1 ਮਹੀਨੇ ਦੇ ਕੰਮਕਾਜ ਨਾਲ ਗਰਾਉਂਡ ਜ਼ੀਰੋ ਤੇ ਪੰਜਾਬ 'ਚ ਬਦਲਾ ਨਜ਼ਰ ਆਇਆ ਤੇ ਇਸ ਤੇ ਸਾਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲਿਆ 64% ਦਰਸ਼ਕਾਂ ਨੇ ਆਪਣੀ رائے ਹਾਂ ਵਿੱਚ ਭੇਜੀ ਹੈ ਯਾਨੀ ਕਿ ਉਹਨਾਂ ਨੂੰ ਬਦਲਾ ਨਜ਼ਰ ਆ ਰਿਹਾ ਜਦਕਿ 36% ਦਰਸ਼ਕਾਂ ਨੇ ਆਪਣੀ رائے ਨਾਂ ਵਿੱਚ ਰੱਖੀ